ਕਿਸਾਨ ਵੀਰੋ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਨੂੰ ਏਸ਼ੀਆ ਦੇ ਸਭ ਤੋਂ ਵੱਡੇ ਪਸ਼ੂ ਮੇਲੇ ਬਾਰੇ ਜਾਣਕਾਰੀ ਦੇਵਾਂਗੇ। ਪਿੰਦੀ ਬਾਈ ਜੀ ਨਾਲ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਉਹ ਕਿਹੜੇ ਕਿਹੜੇ ਮੇਲੇ ਕਰਾਉਂਦੇ ਨੇ ਅਤੇ ਕਿਹੜਾ ਕਿਹੜਾ ਇੰਤਜ਼ਾਮ ਉਹਨਾਂ ਲਈ ਹੋਇਆ ਪਿਆ। ਸਰ, ਤੁਸੀਂ ਮੇਲੇ ਕਰਾਉਂਦੇ ਹੋ ਤਾਂ ਮੇਲੇ ਬਾਰੇ ਇੱਕ ਵਾਰ ਖੋਲ ਕੇ ਦੱਸੋ ਵੀ ਮੇਲੇ 'ਚ ਕੀ ਕੀ ਤੁਸੀਂ ਪ੍ਰਬੰਧ ਕਰਵਾ ਰਹੇ ਹੋ, ਕਿਵੇਂ ਕੰਮ ਚੱਲੂਗਾ ਮੇਲੇ 'ਚ? ਹਾਂਜੀ, ਜਿਹੜਾ ਮੇਲਾ ਜੀ, ਮੇਲਾ ਆਪਣਾ ਸਟਾਰਟ ਹੋ ਜੂਗਾ ਅਸਲ ਵਿੱਚ 24 ਤਰੀਕ ਨੂੰ। ਜਿਹੜੀਆਂ ਦੁੱਧ ਚਵਾਈ ਵਾਲੀਆਂ ਮੱਝਾਂ ਹੁੰਦੀਆਂ 24 ਦੇ 25 ਤਰੀਕ ਨੂੰ ਆ ਜਾਣਗੀਆਂ, ਕੈਮਰਿਆਂ ਦੇ ਥੱਲੇ ਆ ਜਾਂਦੀਆਂ ਹੁੰਦੀਆਂ ਵੀ ਉਹ ਕੈਮਰਿਆਂ ਦੀ ਨਿਗਾਹ ਦੇ ਵਿੱਚ ਹੀ ਦੁੱਧ ਚਵਾਈ ਮੁਕਾਬਲੇ 24 ਨਵੰਬਰ ਨੂੰ 24 ਨਵੰਬਰ ਨੂੰ ਅਤੇ ਉਹ 24 ਨਵੰਬਰ ਨੂੰ ਮੰਡੀ ਦੇ ਵਿੱਚ ਹੀ ਰਹਿਣਗੀਆਂ ਸਾਡੀ ਕੈਮਰਿਆਂ ਦੀ ਨਿਗਾਹ ਦੇ ਵਿੱਚ। ਮੇਲਾ 30 ਤਰੀਕ ਨੂੰ ਸਟਾਰਟ ਹੋਜੂ। 30 ਤਰੀਕ ਨੂੰ ਜਿਹੜੀਆਂ ਤਾਂ ਮੱਝਾਂ ਹੋਣਗੀਆਂ ਬਫੈਲੋ ਝੋਟੇ ਮੱਝਾਂ, ਉਹ ਤਾਂ ਮੇਲੇ ਦੇ ਵਿੱਚ ਐਂਟਰੀ ਲੈ ਕੇ ਤੰਬੂਆਂ 'ਚ ਆਪਦੇ ਬੰਨੀ ਜਾਣਗੇ, ਰਹਿਣਗੇ ਉੱਥੇ, ਠੀਕ ਹੈ। ਅਤੇ ਜਿਹੜੀਆਂ ਦੇਸੀ ਗਾਵਾਂ ਹੋਊਗਾ ਉਹ 29 ਤਰੀਕ ਨੂੰ ਮੇਲੇ 'ਚ ਆ ਜਾਣਗੀਆਂ। ਦੂਰ ਵਾਲੇ ਬੱਕਰੀਆਂ ਵਾਲੇ ਅਤੇ ਦੇਸੀ ਗਾਵਾਂ ਵਾਲੇ 29 ਨੂੰ ਆ ਜਾਣਗੇ, ਨੇੜੇ ਵਾਲੇ 30 ਨੂੰ ਆ ਜਾਣਗੇ। ਦੇਸੀ ਗਾਵਾਂ ਅਤੇ ਬੱਕਰੀਆਂ ਆਪਦਾ ਮੇਲਾ ਕੰਪੀਟੀਸ਼ਨ ਕਰਵਾ ਕੇ ਤਾਂ ਉਸੇ ਦਿਨ ਹੀ ਮੁੜ ਸਕਦੇ 30 ਤਰੀਕ ਨੂੰ, ਪਰ ਜਿਹੜੀਆਂ ਮੱਝਾਂ ਦੀ ਐਂਟਰੀ ਆ ਉਹ 30 ਤਰੀਕ ਨੂੰ ਸੁਬਹਾ 7 ਤੋਂ ਲਾ ਕੇ ਸ਼ਾਮ ਦੇ 7 ਵਜੇ ਤੱਕ ਹੋਊਗੀ। ਚਲੋ ਰਾਤ ਨੂੰ ਕੋਈ ਘੰਟਾ ਲੇਟ ਆ ਗਿਆ ਉਹ ਵੀ ਕੋਈ ਚੱਕਰ ਨਹੀਂ, ਵੀ ਉਹਦੇ 30 ਤਰੀਕ ਨੂੰ ਸਾਰੇ ਪਸ਼ੂਆਂ ਨੂੰ ਅੰਦਰ ਵਾੜ ਕੇ ਉਹ ਤੋਂ ਬਾਅਦ ਜਿੰਦਾ ਲੱਗ ਜੂਗਾ, ਫਿਰ ਵਾਪਸ 3 ਤਰੀਕ ਨੂੰ ਜਾਣਗੇ ਐਨੀਮਲ। ਉਹਦੇ ਵਿੱਚ ਮਤਲਬ ਮੰਨ ਲਓ ਹਰ ਕੈਟਾਗਰੀ ਆ, 0 ਤੋਂ 3 ਮਹੀਨੇ ਬੱਚਾ, 3 ਤੋਂ 6 ਮਹੀਨੇ, 6 ਤੋਂ 1 ਸਾਲ, ਫਿਰ ਖੀਰੀ, ਫਿਰ ਦੁੱਗੀ, ਫਿਰ ਡਰਾਈ ਕੰਪੀਟੀਸ਼ਨ, ਫਿਰ ਮਿਲਕ ਬਿਊਟੀ, ਠੀਕ ਹੈ ਜੀ। ਫਿਰ ਝੋਟਿਆਂ 'ਚ ਵੀ 0 ਤੋਂ 3 ਮਹੀਨੇ, 3 ਤੋਂ 6 ਮਹੀਨੇ ਬੱਚਾ, 6 ਤੋਂ 1 ਸਾਲ, ਖੀਰਾ, ਦੁੱਗਾ, ਚੌਗਾ ਅਤੇ ਵੱਡਾ ਝੋਟਾ, ਅਤੇ ਦੁੱਧ ਚਵਾਈ ਦੇ 5 ਮੁਕਾਬਲੇ ਆ ਜੀ। 30 ਤਰੀਕ ਨੂੰ ਮੱਝਾਂ ਖਾਲੀ ਹੋਣਗੀਆਂ ਦੁੱਧ ਚਵਾਈ ਵਾਲੀਆਂ, ਕਮੇਟੀ ਦੇ ਨਿਗਾਹ ਦੇ ਵਿੱਚ ਸਾਰੇ ਥਣ ਖਾਲੀ ਕੀਤੇ ਜਾਣਗੇ ਜਿੰਨਾ ਵੀ ਦੁੱਧ ਹੋਇਆ। ਉਹਦੇ ਵਿੱਚ ਵੱਡੀ ਮੱਝ ਨੀਲੀ ਰਾਵੀ, ਮੋਰਾ ਮੱਝ ਵੱਡੀ, ਠੀਕ ਹੈ ਜੀ, 2 ਦੰਦ ਨੀਲੀ ਰਾਵੀ, 2 ਤੇ 4 ਦੰਦ ਨੀਲੀ ਰਾਵੀ ਝੋਟੀਆਂ, 2 ਤੇ 4 ਦੰਦ ਮੋਰਾ ਝੋਟੀਆਂ, ਅਤੇ ਗ੍ਰੇਡਡ ਮੱਝ। ਗ੍ਰੇਡਡ ਮੱਝ ਦਾ ਮਤਲਬ ਜਿਹੜੀ ਬੇਲਡਾ ਹੋ ਗਿਆ ਪਸ਼ੂ, ਵੀ ਨਾ ਉਹ ਮੋਰਾ ਨਾ ਨੀਲੀ ਰਾਵੀ, ਉਹਨਾਂ ਦਾ ਮੁਕਾਬਲਾ ਅੱਡ ਕਰਾਤਾ। ਪਹਿਲਾ ਨਾਮ ਨੀਲੀ ਰਾਵੀ ਦੇ ਵਿੱਚ ਵੀ ਟਰੈਕਟਰ ਹੈ ਜੀ, ਮੋਰਾ ਦੇ ਵਿੱਚ ਵੀ ਟਰੈਕਟਰ ਹੈ। ਦੂਜਾ ਨਾਮ ਇਲੈਕਟ੍ਰਿਕ ਸਕੂਟਰੀਆਂ ਜਿਹੜੀਆਂ ਮਹਿੰਗੀਆਂ, ਪੂਰੀਆਂ ਫੁੱਲ ਵਧੀਆ ਆਉਂਦੀਆਂ। ਉਦੋਂ ਬਾਅਦ ਫਿਰ ਸਕੂਟਰੀਆਂ ਜੀ, ਜਿਹੜੀਆਂ ਪਿੰਡਾਂ ਦੇ ਵਿੱਚ ਆਪਣੇ ਜ਼ਿੰਮੀਦਾਰ ਵਰਤਦੇ ਆ, ਇਹ ਲੋਟਾ ਇਹ ਨਾਮ ਨਿਕਲਦੇ ਆ। ਫਿਰ ਮੋਰਾ ਦੇ ਵਿੱਚ ਵੀ ਟਰੈਕਟਰ ਹੈ, ਠੀਕ ਹੈ ਜੀ, ਦੂਜਾ ਪਹਿਲਾ ਨਾਮ, ਦੂਜਾ ਵੱਡੀ ਸਕੂਟਰੀ, ਫਿਰ ਸਕੂਟਰੀ, ਇਸ ਤਰ੍ਹਾਂ ਥੱਲੇ ਨੂੰ ਉਤਰਦੇ ਆਉਣਾ ਨਗਦ ਨਾਮ, ਦਸਾਂ ਤੱਕ ਮਿਲਣੇ ਆ ਨਗਦ। ਫਿਰ ਜਿਹੜੀਆਂ ਝੋਟੀਆਂ ਆਉਣਗੀਆਂ, ਝੋਟੀਆਂ ਦੇ ਵਿੱਚ ਵੀ ਪਹਿਲੀ ਸਕੂਟਰੀ ਮਿਲਣੀ ਹੈ, ਨੀਲੀ ਰਾਵੀ ਨੂੰ ਵੀ ਪਹਿਲੀ ਸਕੂਟਰੀ, ਜਿਹੜੀ ਗ੍ਰੇਡਡ ਮੱਝ ਆ ਉਹਨੂੰ ਵੀ ਪਹਿਲੀ ਸਕੂਟਰੀ, ਦੂਜੀਆਂ ਨੂੰ ਨਗਦ ਕੈਸ਼ ਮਿਲਣਾ ਸਾਰਿਆਂ ਨੂੰ। ਅਤੇ ਜਿਹੜੇ ਲੋਕ ਬਿਊਟੀ ਕੰਪੀਟੀਸ਼ਨ ਕੱਢਣਗੇ ਜਾਂ ਚੈਂਪੀਅਨਸ਼ਿਪਾਂ ਲੈਣਗੇ, ਉਹਨਾਂ ਨੂੰ ਵੀ ਲੱਖਾਂ ਰੁਪਈਆਂ ਦੇ ਨਾਮ ਆ ਵੀਰੇ। ਹਰ ਕੈਟਾਗਰੀ ਦੇ ਵਿੱਚੋਂ 10 ਪਸ਼ੂ ਨਿਕਲਣੇ ਆ। ਹਾਂ, ਚਵਾਈ ਵਾਲੀਆਂ ਜਿਹੜੀਆਂ ਵੱਡੀਆਂ ਮੱਝਾਂ ਉਹਨਾਂ 'ਚੋਂ ਵੀ 10-10 ਨਿਕਲਣੇ ਆ, ਜਿਹੜੀਆਂ ਦੂਜੀਆਂ ਕੈਟਾਗਰੀਆਂ ਹੋਊਗਾ ਉਹਨਾਂ 'ਚੋਂ ਵੀ 10-10 ਬਿਊਟੀ ਕੰਪੀਟੀਸ਼ਨ ਵਾਲ 'ਚੋਂ ਵੀ ਨਿਕਲਣੇ ਆ, ਠੀਕ ਆ, ਐਨੀਮਲ, ਠੀਕ ਆ ਜੀ। ਨਗਦ ਨਾਮ ਤੋਂ ਲਾ ਕੇ ਦੂਜਿਆਂ ਨੂੰ ਸਰ ਉਹਨੂੰ ਸਰਟੀਫਿਕੇਟ ਤੱਕ ਹਰ ਇੱਕ ਦੇ ਨਾਲ ਹੁੰਦਾ, 10 ਤੱਕ ਸਰਟੀਫਿਕੇਟ ਹੁੰਦਾ ਜੀ, ਠੀਕ ਆ। ਉਹਨਾਂ ਨੂੰ ਮਾਣ ਸਨਮਾਨ, ਜਿੱਥੋਂ ਤੱਕ ਨਗਦ ਰਾਸ਼ੀ ਦੇਣੀ, ਉਹਨਾਂ ਨੂੰ ਚੰਗੀ ਨਗਦ ਰਾਸ਼ੀ ਵੀ ਦੇ ਦਿੱਤੀ ਹੈ ਵੀ ਇਹਨਾਂ ਨੂੰ ਦੇਖ ਕੇ ਗਾਂ ਨੂੰ ਹੋਰ ਵੀ ਚੰਗੇ ਬੰਦੇ ਆਉਣ। ਇਤਨਾ ਉੱਲੇ ਪਸ਼ੂ ਮੰਡੀ ਦੇ ਵਿੱਚ ਹੈ ਜੀ, ਅਤੇ 30 ਨਵੰਬਰ ਨੂੰ ਸਟਾਰਟ ਆ ਜੀ ਮੇਲਾ ਆਪਣਾ। ਬਾਕੀ ਬਾਈ ਜੀ, ਮੇਲੇ ਦੇ ਵਿੱਚ ਆਪਣਾ ਰਹਿਣ ਦਾ ਪ੍ਰਬੰਧ ਫੁੱਲ ਹੁੰਦਾ, ਠੀਕ ਹੈ ਜੀ, ਆਪਣੀ ਸੰਸਥਾ ਕੱਲੋਂ। ਰਾਤ ਨੂੰ ਪਸ਼ੂ ਵਾਲੇ ਨੂੰ ਜਿਹੜੇ ਤੰਬੂ ਲੱਗੇ ਹੁੰਦੇ ਆ ਉਹ ਫ੍ਰੀ ਮਿਲਣਗੇ ਜੀ, ਠੰਡ ਤੋਂ ਬਚਾਉਣ ਵਾਸਤੇ ਉਹਨਾਂ ਨੂੰ ਹਰਾ ਚਾਰਾ, ਤੂੜੀ, ਪਾਣੀ ਵਗੈਰਾ ਸਭ ਚੀਜ਼ ਫ੍ਰੀ ਮਿਲੂਗੀ। ਅਤੇ ਠੀਕ ਹੈ ਜੀ, ਡਾਕਟਰੀ ਸਹੂਲਤ ਵੀ ਉਹਨਾਂ ਨੂੰ ਫ੍ਰੀ ਮਿਲੂਗੀ, ਡਾਕਟਰ ਸਾਹਿਬ ਦੇਖਣਗੇ ਜੇ ਕੋਈ ਬੁਖਾਰ ਹੋਇਆ, ਚਲੋ ਦਵਾਈ ਅਗਲਾ ਆਪਦੀ ਬਾਜ਼ਾਰ 'ਚੋਂ ਫੜ ਕੇ ਲਿਆ ਕੇ ਲਵਾ ਲੂਗਾ, ਉਹ ਗੱਲ ਵੱਖਰੀ ਹੈ ਜੀ ਨਾ। ਉਹਨਾਂ ਨੂੰ ਹਰਾ ਚਾਰਾ, ਪਾਣੀ ਦਾ ਪ੍ਰਬੰਧ ਜੀ, ਤੂੜੀ ਦਾ ਪ੍ਰਬੰਧ, ਉਹ ਸਾਰਾ ਕੁਝ ਫ੍ਰੀ ਹੈ ਜੀ ਮੇਲੇ 'ਚ। ਰਹਿਣ ਵਾਸਤੇ ਸਾਰੇ ਪ੍ਰਬੰਧ ਬਣਾਏ ਹੋਏ ਆ ਜੀ, ਲਾਈਟ ਦਾ ਪ੍ਰਬੰਧ ਹੋਊਗਾ ਜੀ 24 ਘੰਟੇ। ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਸਰ ਦੁਆਰਾ ਕਰਾਏ ਜਾ ਰਹੇ ਜਿਹੜੇ ਮੇਲੇ ਨੇ ਉਹਨਾਂ ਵਿੱਚ ਤੁਸੀਂ ਹੁੰਮ ਹੁਮਾ ਕੇ ਪਹੁੰਚੋ ਅਤੇ ਆਪਣੀ ਨੌਲੇਜ ਨੂੰ ਵਧਾਓ ਜੀ।